ਸ਼੍ਰੋਮਣੀ ਅਕਾਲੀ ਦਲ ਤੇ ਬੀਜੇਪੀ ਦੀ ਸਮੁੱਚੀ ਲੀਡਰਸ਼ਿਪ ਤੇ ਮੇਰੇ ਸਾਹਮਣੇ ਲੱਖਾਂ ਦਾ ਠਾਠਾ ਮਾਰਦਾ ਇਕੱਠ ਸਾਰੇ ਵੀਰਾਂ ਨੂੰ, ਨੌਜਵਾਨ ਬੱਚਿਆਂ ਨੂੰ, ਬਜ਼ੁਰਗਾਂ ਨੂੰ, ਸਾਰਿਆਂ ਨੂੰ ਹੀ ਫਤਿਹ ਅਰਜ਼ ਕਰਦਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵੀਰੋ, ਪੰਜਾਬ ਦੇ ਵਿੱਚ ਪਿਛਲੇ ਕੋਈ ਡੇਢ ਮਹੀਨੇ ਤੋਂ ਬੜੀਆਂ ਹੀ ਮੱਧਭਾਗੀ ਘਟਨਾਵਾਂ ਵਾਪਰੀਆਂ ਨੇ। ਇਹ ਦਰਦਨਾਕ ਘਟਨਾਵਾਂ ਦਾ ਜਿੰਨਾ ਵੀ ਆਪਾਂ ਇਹਦੀ ਨਿੰਦਾ ਕਰ ਲਈਏ ਥੋੜ੍ਹੀ ਹੈ। ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਅੰਗਾਂ ਦੀ ਬੇਅਦਬੀ ਥਾਂ ਥਾਂ ਤੇ, ਗੁਟਕਾ ਸਾਹਿਬ ਦੇ ਬੇਅਦਬੀ, ਇਹ ਜਿਹੜਾ ਕੰਮ ਹੈ ਇਹ ਨਾ ਤਾਂ ਕੋਈ ਸਿੱਖ ਚੰਗਾ ਕਰ ਸਕਦਾ, ਨਾ ਕੋਈ ਹਿੰਦੂ ਕਰ ਸਕਦਾ, ਨਾ ਕੋਈ ਈਸਾਈ ਕਰ ਸਕਦਾ ਤੇ ਨਾ ਹੀ ਕੋਈ ਮੁਸਲਮਾਨ ਕਰ ਸਕਦਾ। ਇਹ ਜਿਹੜਾ ਕੰਮ ਹੈ ਵੀਰੋ, ਇੱਕ ਸਾਜਿਸ਼ ਦੇ ਅਧੀਨ ਅੰਦਰੂਨੀ ਤੇ ਬਾਹਰੀ ਤਾਕਤਾਂ ਇਹ ਪੰਜਾਬ ਨੂੰ ਫੇਰ ਦੁਬਾਰਾ ਅੱਗ ਲਾਉਣ ਦੀਆਂ ਕੋਸ਼ਿਸ਼ਾਂ ਕਰ ਰਹੀ ਹੈ। ਆ ਮੇਰੀ ਉਮਰ ਤੋਂ ਛੋਟੇ ਜਿਹੜੇ ਬੱਚੇ ਆ ਉਹਨਾਂ ਨੇ ਉਹ ਸਮਾਂ ਨਹੀਂ ਦੇਖਿਆ ਜਦੋਂ ਬਲੂ ਸਟਾਰ ਆਪਰੇਸ਼ਨ ਹੋਇਆ, ਸਿੱਖਾਂ ਦੇ ਗਲਾਂ ਦੇ ਵਿੱਚ ਟਾਇਰ ਪਾ ਕੇ ਉਹਨਾਂ ਨੂੰ ਸਾੜਿਆ ਗਿਆ। ਅੱਜ ਉਹੀ ਲੋਕ ਦੁਬਾਰਾ ਫਿਰ ਪੰਜਾਬ ਦੀ ਸ਼ਾਂਤੀ, ਪੰਜਾਬ ਦੀ ਭਾਈਚਾਰਕ ਸਾਂਝ ਨੂੰ ਤੋੜਨਾ ਚਾਹੁੰਦੇ ਆ। ਦਰਅਸਲ ਗੱਲ ਇਹ ਹੈ ਕਿ ਜੋ ਕੁਛ ਪੰਜਾਬ ਦੇ ਵਿੱਚ ਸਰਦਾਰ ਬਾਦਲ ਨੇ ਪਿਛਲੇ 10 ਸਾਲਾਂ 'ਚ ਕੀਤਾ, ਜੋ ਪੰਜਾਬ ਦੀ ਡਿਵੈਲਪਮੈਂਟ ਹੋਈ ਹੈ, ਕਿਧਰੇ 4 ਲੇਨਿੰਗ ਸੜਕਾਂ ਬਣ ਰਹੀਆਂ, ਕਿਧਰੇ ਫਲਾਈਓਵਰ ਬਣ ਰਹੇ ਨੇ, ਕਿਧਰੇ ਹਸਪਤਾਲ ਕਾਲਜ ਬਣ ਰਹੇ ਨੇ, ਯੂਨੀਵਰਸਿਟੀਆਂ ਬਣ ਰਹੀਆਂ। ਪੰਜਾਬ 'ਚ ਅੱਜ ਸਰਬ ਪੱਖੀ ਵਿਕਾਸ ਹੋ ਰਿਹਾ, ਪਰ ਕੁਝ ਲੋਕਾਂ ਦੇ ਇਹ ਗੱਲ ਹਜ਼ਮ ਨਹੀਂ ਹੋ ਰਹੀ। ਉਹ ਲੋਕ ਪੰਥਕ ਗੱਲ ਕਰਕੇ ਤੇ ਉਹਨਾਂ ਲੋਕਾਂ ਨੇ ਵੀਰੋ ਤਰਨ ਤਾਰਨ ਸਾਹਿਬ ਵਿੱਚ ਸਰਬੱਤ ਖਾਲਸਾ ਬੁਲਾਇਆ। ਸਾਨੂੰ ਉਮੀਦ ਸੀ ਉਹਨਾਂ ਤੋਂ ਕਿ ਉੱਥੇ ਕੋਈ ਜੋ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਬੇਅਦਬੀ ਹੋਈ ਹੈ ਉਹਨਾਂ ਬਾਰੇ ਕੋਈ ਗੱਲ ਕਰਨਗੇ। ਸਾਨੂੰ ਆਸ ਸੀ ਕਿ ਕੋਈ 84 ਦੇ ਦੰਗਿਆਂ 'ਚ ਜਿਹੜੇ ਟਾਇਰ ਪਾ ਪਾ ਕੇ ਕਾਂਗਰਸ ਪਾਰਟੀ ਨੇ ਮਾਰੇ ਆ ਲੋਕ, ਕੋਈ ਉਹਨਾਂ ਦੀ ਗੱਲ ਕਰਨਗੇ। ਪਰ ਦੁੱਖ ਦੀ ਗੱਲ ਕਿ ਇੱਕ ਵੀ ਲਫ਼ਜ਼ ਕਿਸੇ ਨੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦਾ ਜ਼ਿਕਰ ਨਹੀਂ ਕੀਤਾ ਤੇ ਨਾ ਉਹ 84 ਦੇ ਦੰਗਿਆਂ ਦੀ, ਤੇ ਜ਼ਿਕਰ ਕੀ ਕੀਤਾ
ਸਨ 1986 ਦਾ ਰੈਜੂਲੇਸ਼ਨ ਜਿਹੜਾ ਖਾਲਿਸਤਾਨ ਦੀ ਗੱਲ ਕਰਦਾ ਹੈ ਉਹ ਰੈਜੂਲੇਸ਼ਨ ਉੱਥੇ ਪਾਸ ਕਰਤਾ ਤੇ ਸਾਡੀ ਸੁਪਰੀਮ ਪਾਵਰ ਅਕਸਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਉਹਨਾਂ ਦੇ ਲਾਉਣ ਦਾ ਫਰਮਾਨ ਜਾਰੀ ਕਰਤਾ ਵੀਰੋ ਇਸ ਦੇਸ਼ ਦਾ ਕੋਈ ਸੰਵਿਧਾਨ ਹੈ ਕੋਈ ਕਾਨੂੰਨ ਹੈ ਜਿਹਦੇ ਥੱਲੇ ਇਹ ਸਾਰਾ ਕੁਛ ਹੁੰਦਾ ਇਹ ਲੋਕ ਨਕਾਰੇ ਹੋਏ ਲੋਕ ਜਿਨ੍ਹਾਂ ਨੇ ਸਰਬੱਤ ਖਾਲਸਾ ਬੁਲਾਇਆ ਸੀ ਇਹਨਾਂ ਨੂੰ ਲੋਕ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਇਲੈਕਸ਼ਨ ਕਈ ਵਾਰੀ ਨਕਾਰ ਚੁੱਕੇ ਹੈ ਇਹ ਨਕਾਰੇ ਹੋਏ ਲੋਕ ਜਿਨ੍ਹਾਂ ਦੇ ਪਿੱਛੇ ਪਿੱਠ ਪਿੱਛੇ ਇੱਕ ਬਹੁਤ ਵੱਡੀ ਪਾਰਟੀ ਦਾ ਹੱਥ ਸੀ ਇਹਨਾਂ ਨੇ ਇਸ ਤਰ੍ਹਾਂ ਦੇ ਇਲੀਗਲ ਫਰਮਾਨ ਜਾਰੀ ਕਰਤੇ ਐਂ ਤਾਂ ਵੀਰੋ ਪਾਰਲੀਮੈਂਟ ਦੇ ਹਲਕੇ ਚ 50,000 ਦਾ ਕੋਈ ਇਕੱਠ ਕਰ ਲਿਆ ਕਰੂਗਾ ਤੇ ਮੈਂਬਰ ਪਾਰਲੀਮੈਂਟ ਨੂੰ ਲਾ ਦਿਆ ਕਰੂਗਾ ਐਮਐਲਏ ਦੇ ਹਲਕੇ ਚ ਕੋਈ 10,000 ਬੰਦੇ ਦਾ ਇਕੱਠ ਕਰ ਲਿਆ ਕਰੂਗਾ ਤੇ ਐਮਐਲਏ ਨੂੰ ਲਾ ਦਿਆ ਕਰੂਗਾ ਇਹ ਜਿਹੜੀ ਚੋਰ ਮੋਰੀ ਖਾਤਰ ਚੋਰ ਮੋਰੀ ਦੇ ਅੰਦਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਕਬਜ਼ੇ ਕਰਨ ਦੀ ਗੱਲ ਸੀ ਤਖਤਾਂ ਦੇ ਜਥੇਦਾਰਾਂ ਨੂੰ ਲਾਉਣ ਦੀ ਗੱਲ ਸੀ ਇਹ ਵੀਰੋ ਕਾਮਯਾਬ ਨਹੀਂ ਹੋਣ ਦਿਆਂਗੇ ਪੰਜਾਬ ਦੇ ਵਿੱਚ ਹਰ ਹਾਲਤ ਲਾ ਐਂਡ ਆਰਡਰ ਸ਼ਾਂਤੀ ਤੇ ਭਾਈਚਾਰਕ ਸਾਂਝ ਨੂੰ ਕਾਇਮ ਰੱਖਾਂਗੇ ਆ ਮੈਨੂੰ ਦੁੱਖ ਤਾਂ ਇਸ ਗੱਲ ਦਾ ਵੀਰੋ ਕਿ ਜਿਹੜੇ ਲੋਕ ਸੈਕੂਲਰ ਕਹਾਉਂਦੇ ਸੀ ਜਿਨ੍ਹਾਂ ਨੇ ਪਹਿਲਾਂ ਵੀ ਪੰਜਾਬ ਨੂੰ ਅੱਗ ਲਾਈ ਹੈ ਉਹੀ ਲੋਕ ਅੱਜ ਫੇਰ ਪੰਜਾਬ ਨੂੰ ਅੱਗ ਲਾਉਣ ਦੀਆਂ ਕੋਸ਼ਿਸ਼ਾਂ ਕਰ ਰਹੇ ਨੇ ਉਹ ਲੋਕ ਸਿਰਫ ਤੇ ਸਿਰਫ ਇਹ ਚਾਹੁੰਦੇ ਹੈ ਕਿ ਪੰਜਾਬ ਚ ਸਾਰਾ ਮੱਚ ਜੇ ਪੰਜਾਬ ਭਾਂਬੜ ਨਿਕਲ ਜਾਣ ਪੰਜਾਬ ਉੱਜੜ ਜਾਵੇ ਪਰ ਸਾਨੂੰ ਕੁਰਸੀ ਮਿਲ ਜਾਵੇ ਇਹ ਐਵੇਂ ਕੁਰਸੀ ਮਿਲਣੀ ਵੀਰੋ ਅਸੀਂ ਤਾਂ ਲੋਕ ਜਿਨ੍ਹਾਂ ਨੇ ਕਾਨੂੰਨ ਨੂੰ ਹੱਥ ਚ ਲਿਆ ਸ਼ਾਂਤੀ ਭੰਗ ਕਰਨ ਦੀਆਂ ਕੋਸ਼ਿਸ਼ਾਂ ਕੀਤੀਆਂ ਉਹਨਾਂ ਨੂੰ ਅੰਦਰ ਕੀਤਾ ਤੇ ਕੈਪਟਨ ਸਾਹਿਬ ਉਹਨਾਂ ਨੂੰ ਪੰਥਕ ਲੀਡਰ ਦੱਸਦੇ ਆ ਕਿ ਇਹ ਜਿਹੜੇ ਪੰਥਕ ਲੀਡਰ ਹੈ ਇਹਨਾਂ ਨੂੰ ਛੱਡ ਦਿਓ ਇਹ ਨਹੀਂ ਤਾਂ ਕੰਮ ਖਰਾਬ ਹੋ ਜਾਊਗਾ ਇਹ ਪੰਥਕ ਲੀਡਰ ਜਿਨ੍ਹਾਂ ਤੇ 23-23 24-24 25-25 ਕ੍ਰਿਮੀਨਲ ਕੇਸ ਰਜਿਸਟਰਡ ਹੈ ਇਹਨਾਂ ਨੂੰ ਤਾਂ ਲੋਕ ਅੱਗੇ ਵੀ 3-4 ਵਾਰੀ ਨਕਾਰ ਚੁੱਕੇ ਆ ਹਾਂ ਤਰੀਕਾ ਸੀ ਇਹਦਾ ਸ਼੍ਰੋਮਣੀ ਕਮੇਟੀ ਦਾ ਇਲੈਕਸ਼ਨ ਲੜਦੇ ਜੇ ਸ਼੍ਰੋਮਣੀ ਕਮੇਟੀ ਇਹਨਾਂ ਦੇ ਹੱਥ 'ਚ ਆ ਜਾਂਦੀ ਤਾਂ ਤਖਤਾਂ ਦੇ ਜਥੇਦਾਰ ਵੀ ਬਦਲ ਦਿੰਦੇ ਇਹ ਕੋਈ ਤਰੀਕਾ ਨਹੀਂ ਕਿ ਤੁਸੀਂ 1,00,000 ਦਾ ਸਾਰੇ ਪੰਜਾਬ 'ਚੋਂ ਬੰਦੇ ਇਕੱਠਾ ਕਰਕੇ ਤੇ ਉੱਥੇ ਗਲਤ ਫਰਮਾਨ ਜਾਰੀ ਕਰ ਦਿਓ ਇਹ ਕੰਮ ਹੋਣ ਨਹੀਂ ਦਿਆਂਗੇ ਵੀਰੋ ਅੱਜ ਕਾਂਗਰਸ ਪਾਰਟੀ ਨੂੰ ਇੱਕੋ ਹੀ ਦੁੱਖ ਹੈ ਕਿ ਜੋ ਸਰਦਾਰ ਸੁਖਬੀਰ ਸਿੰਘ ਬਾਦਲ ਤੇ ਸਰਦਾਰ ਪ੍ਰਕਾਸ਼ ਸਿੰਘ ਬਾਦਲ ਪੰਜਾਬ ਦੇ ਵਿੱਚ ਡਿਵੈਲਪਮੈਂਟ ਦਾ ਏਜੰਡਾ ਲੈ ਕੇ ਆਏ ਹੋਏ ਆ ਜੋ ਪੰਜਾਬ ਦੇ ਵਿੱਚ ਡਿਵੈਲਪਮੈਂਟ ਹੋ ਰਹੀ ਹੈ ਉਹ ਇਹਨਾਂ ਦੇ ਵੀਰੋ ਹਜ਼ਮ ਨਹੀਂ ਹੋ ਰਹੀ ਇਹਨਾਂ ਨੂੰ ਐਂ ਲੱਗਦਾ ਕਿ ਇਹ ਤਾਂ 6ਵੀਂ ਵਾਰੀ ਵੀ ਮੁੱਖ ਮੰਤਰੀ ਬਣ ਜੂ
रोज कैप्टन साहब बयान देंदे है, मैं कालियां नूं लंबे पा लूं, मैं ऐ कर दूं, मैं ओ तुन दूं, मैं फलाना कर दूं। ते सरदार सुखबीर सिंह बादल ने इको ही बयान दिता संगरूर भी गलत काम असी करना नहीं, ते जेड़ा करूगा ओनू फिर लंबे पा लांगे। हुण क्यों पिटदे आ, हुण क्यों उस गल दा दुख हुंदा है? सो वीरो बेनती करदा जे आ किसान की गल कर लीए, सरदार प्रकाश सिंह बादल तो वध किसानां दा कोई हमदर्द नहीं है। 5000 करोड़ रुपया वीरो आ बिजली दे बिल भरदे आ, तुहाडे बिल आ नरमा मर गया, खराबा हो गया। नरमा पंजाब च भी मरिया, गुआंढी हरियाणे च भी मरिया, राजस्थान च भी मरिया, महाराष्ट्र च भी नुकसान होया, पर कल्ला सरदार प्रकाश सिंह बादल है जिन्हें 8000 रुपया नरमे का मुआवजा दिता है। कोई होर स्टेट च भी सुनिया तुसी? ये जड़े किसान लोग धरने लाउंदे आ, किसान तां बैठे आ सामने, ये तो वीरो वो लोग ने जिन्हां ने किसे वेले नैक्सट लाइट मूवमेंट च हिस्सा लिया सी, अज वो किसान यूनियन दे बना के नां नूं एजेंडे उहदे थले काम कर रहे ने। किसान तां बैठे आ बेचारे, ये तो बोलते भी नहीं, पिंडां च जाने आ 8-8, 9-9 सौ बंदे का इकट्ठ हुंदा है, ते इन्हां दे मगर कौन है? आ खोखर पिंड दे विच नीह पत्थर रखना सी, मैं बड़ी देर दी 3-4 पिंडां दी मंग सी भी इस ते ट्रैफिक बहुत रहिंदा, 18 फुट्टी सड़क कर दिओ, ते नीह पत्थर रखना सी, ते कांग्रसियां नूं हजम नहीं आई गल। मैं तां अजे चौके ही बोलदा सी, पहला ही पुलिस वालिया ने उलझ गए, ते वो पत्थर तोड़िया कि ने? उथों दे सुरजीत सिंह सरपंच है कांग्रेस का, जिन्हें जिहदे मुंडे ने वो पत्थर तोड़िया, ते लोगों ने अफवाह फैलातियां, शेखों साहब नूं तां घेर लिया, शेखों साहब तां उथों मसा निकले। ये जिहड़ियां गलत अफवाह है वीरो, इन्हां तों बचो। आ कल परसों एक कांग्रेसी ने कोशिश की मलूका साहब से हमला करन दी, पुलिस वाले ने फड़ लिया, अंदर दे दिता। एक कोई तरीका, एक भी कांग्रेस के लीडर ने इहदी निंदा नहीं की। हुण इन्हां नूं कांग्रसियां नूं ऐ लगा पिया है भी किवें ना किवें कुर्सी साडे कोल मिल जाए, और कुर्सी देने वाले तां बैठे है, जे कम चंगे करोगे तो कुर्सी मिल जूगी, ते जे इहो जे सरबत खालसे च जा जा के हाथ खड़े करके तुसी फरमान जारी कराओगे इन्हां तों, ते फिर पंजाब दे लोग तुहानूं माफ नहीं करनगे। सो वीरो बेनती करदा कि जे कदे पंजाब दा भला कीता तां इक्को इक शख्सियत है, सरदार प्रकाश सिंह बादल। 17-18 साल जेल कट्टी है, कोई कतल किया सी बादल साहब ने? कितने एक भी कांग्रेसी मैनू दस दौ जिन्हें पंजाब के हकों के मंगा खातर कोई 2 साल जेल भी कट्टी हो। एक पिंड नूं या एक शहर नूं इकाई मान लो, जिहड़ी भी चीज उत्थे बनी है, चाहे वह डिस्पेंसरी है, हस्पताल है, स्कूल है, सड़क है, वह सारियां दियां सारियां बादल साहब वेले बनिया। एक कांग्रेसी का एक ही काम सीखता है, पाड़ो ते राज करो। हुण लोग उठ खड़े है वीरो, हुण यह काम होना नहीं। कांग्रेस ने बड़िया लंबिया पॉलिसियां बड़ा चिर काम किया, हुण यह होण नहीं देना। मलूका साहब कहिंदे वी टाइम लंघ गया थोड़ा,
ਮੈਂ ਤਾਂ ਕਦੇ ਮਲੂਕਾ ਸਾਹਿਬ ਟਾਈਮ ਲਿਆ ਹੀ ਨਹੀਂ, ਅੱਜ ਮੈਨੂੰ ਕੱਢ ਲੈਣ ਦਿਓ ਪੜਾਸ, ਮੈਂ ਤਾਂ ਬੋਲਿਆ ਹੀ ਨਹੀਂ ਕਦੇ। ਚਲੋ ਤੁਸੀਂ ਕਹਿੰਦੇ ਹੋ ਬਹਿ ਜਾਣਾ, ਅਖੀਰ ਵਿੱਚ ਮੈਂ ਤਾਂ ਅਖੀਰ ਵਿੱਚ ਇਹੀ ਬੇਨਤੀ ਕਰੂੰਗਾ ਕਿ ਆਹ ਜਿਹੜੀ ਸਦਭਾਵਨਾ ਰੈਲੀ ਆਪਾਂ ਨੂੰ ਬੁਲਾਉਣੀ ਪਈ, ਇਹ ਇਸ ਕਰਕੇ ਕਿ ਲੋਕਾਂ ਨੂੰ, ਪੰਜਾਬ ਦੇ ਲੋਕਾਂ ਨੂੰ ਇਹ ਜਿਹੜੀਆਂ ਅਫਵਾਹ ਫੈਲਾਉਂਦੇ ਸੀ ਕਿ ਪੰਜਾਬ ਦੇ ਲੋਕ ਸਾਡੇ ਨਾਲ ਆ ਖਮ ਨਹੀਂ, ਇਹ ਅੱਜ ਲੱਖਾਂ ਦੇ ਇਕੱਠ ਨੇ, ਉਹਨਾਂ ਨੇ ਤਾਂ ਸਾਰੇ ਪੰਜਾਬ 'ਚ ਪਤਾ ਨਹੀਂ ਲੱਖ ਬੰਦਾ ਇਕੱਠਾ ਕੀਤਾ ਸੀ, ਆਹ 35,000 ਪਤਾ ਨਹੀਂ 50,000, ਅਤੇ ਅੱਜ ਲੱਖਾਂ ਦਾ ਇਕੱਠਾਂ ਦਾ ਮਾਰਦਾ ਇਕੱਠ, ਇਹ ਦਰਸਾਉਂਦਾ ਨਹੀਂ ਵੀ ਬਾਦਲ ਲੋਕ ਬਾਦਲ ਸਾਹਿਬ ਦੇ ਨਾਲ। ਸੋ ਵੀਰੋ ਬਾਲਾ ਸਮਾਂ ਨਹੀਂ ਲੈਣਾ, ਮੈਂ ਤਾਂ ਇੱਕੋ ਹੀ ਬੇਨਤੀ ਕਰਨੀ ਹੈ ਕਿ ਜੇ ਤੁਸੀਂ ਸ਼ਾਂਤੀ ਚਾਹੁੰਦੇ ਹੋ, ਜੇ ਪੰਜਾਬ 'ਚ ਭਾਈਚਾਰਕ ਸਾਂਝ ਬਣਾਉਣੀ ਹੈ, ਜੇ ਪੰਜਾਬ ਦੀ ਡਿਵੈਲਪਮੈਂਟ ਚਾਹੁੰਦੇ ਹੋ, ਤਾਂ ਇੱਕੋ ਹੀ ਇੱਕ ਲੀਡਰ ਹੈ, ਦਰਵੇਸ਼ ਸਿਆਸਤਦਾਨ ਸਰਦਾਰ ਪ੍ਰਕਾਸ਼ ਸਿੰਘ ਬਾਦਲ ਅਤੇ ਸੁਖਬੀਰ ਸਿੰਘ ਬਾਦਲ, ਜਿਹੜਾ ਪੰਜਾਬ ਨੂੰ ਕੋਈ ਸੇਧ ਦੇ ਸਕਦਾ ਹੈ। ਇਹਨਾਂ ਨੇ ਤਾਂ ਅੱਗੇ ਵੀ ਪੰਜਾਬ ਨੂੰ ਭੰਵਲ ਪਰੀਆਂ 'ਚ ਪਾਇਆ ਅਤੇ ਹੁਣ ਵੀ ਪਾਉਣਗੇ, ਇਹਨਾਂ ਤੋਂ ਬਚ ਜਾਓ, ਤਕੜੇ ਹੋ ਕੇ ਉੱਠ ਖੜੋ, ਹੁਣ ਆ ਟਾਈਮ ਹੈ ਸਮਾਂ, ਅਤੇ ਨਹੀਂ ਤਾਂ ਫਿਰ ਮਾਰ ਖਾਈ ਜਾਓਗੇ। ਇੰਨੀ ਮੇਰੀ ਬੇਨਤੀ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।